ਸਾਡਾ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਾਡੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਤੁਹਾਡੇ ਲਈ 125 ਸਕੁਅਰ ਯਾਰਡ ਦੀ 3 BHK ਬਿਲਕੁਲ ਬ੍ਰੈਂਡ ਨਿਊ ਕੋਠੀ ਲੈ ਕੇ ਆਏ ਹਾਂ। ਈਸਟ ਫੇਸ ਦੀ ਇਹ ਕੋਠੀ ਹੈਗੀ ਜੀ, ਅਤੇ ਬਹੁਤ ਹੀ ਅੱਛੀ ਲੋਕੇਸ਼ਨ ਹੈਗੀ ਜੀ। ਇਹਦੀ ਲੋਕੇਸ਼ਨ ਤਾਰਾਂ ਵਾਲੇ ਪੁੱਲ ਦੇ ਕਾਫੀ ਨਜ਼ਦੀਕ ਹੈਗੀ ਹੈ, ਗੋਲਡਨ ਗੇਟ ਦੇ ਕਾਫੀ ਨਜ਼ਦੀਕ ਹੈਗੀ ਹੈ। ਬਹੁਤ ਹੀ ਸੋਹਣਾ ਇਸ ਕੋਠੀ ਦਾ ਲੇਆਊਟ ਬਣਾਇਆ ਗਿਆ ਔਰ ਬਹੁਤ ਹੀ ਅੱਛੇ ਕੁਆਲਿਟੀ ਦਾ ਮਟੀਰੀਅਲ ਇਹਨੂੰ ਬਣਾਉਂਦੇ ਵਕਤ ਯੂਜ਼ ਕੀਤਾ ਗਿਆ। ਬਿਲਕੁਲ ਇਹ ਬ੍ਰੈਂਡ ਨਿਊ ਕੋਠੀ ਹੈਗੀ ਜੀ, ਬਹੁਤ ਹੀ ਅੱਛੀ ਤਰੀਕੇ ਦੇ ਨਾਲ ਇਹ ਕੋਠੀ ਪੂਰੀ ਤਿਆਰ ਕੀਤੀ ਗਈ ਹੈ। ਸਾਨੂੰ ਪੂਰੀ ਉਮੀਦ ਹੈ ਕਿ ਕੋਠੀ ਆਪ ਜੀ ਨੂੰ ਬਹੁਤ ਹੀ ਸੋਹਣੀ ਲੱਗੇਗੀ। ਸਾਨੂੰ ਕਈ ਲੋਕਾਂ ਦਾ ਫੋਨ ਆਉਂਦਾ ਹੈ ਕਿ ਤੁਸੀਂ ਸੁਲਤਾਨਵਿੰਡ ਸਾਈਡ GT ਰੋਡ ਦੇ ਨਜ਼ਦੀਕ ਕੋਈ ਕੋਠੀ ਲੈ ਕੇ ਆਓ, ਅੱਜ ਦੀ ਆਪਸ਼ਨ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ। ਅਗਰ ਆਪ ਜੀ ਇਸ ਕੋਠੀ ਨੂੰ ਵਿਜ਼ਿਟ ਕਰਨਾ ਚਾਹੁੰਦੇ ਹੋ, ਸਾਡੇ ਨੰਬਰ ਸਕਰੀਨ 'ਤੇ ਦਿੱਤੇ ਗਏ ਨੇ, ਸਾਡੇ ਨਾਲ ਕੋਂਟੈਕਟ ਕਰੋ। 125 ਸਕੇਅਰ ਯਾਰਡ ਦੀ 3 BHK ਈਸਟ ਫੇਸ ਦੀ ਇਹ ਕੋਠੀ ਹੈਗੀ ਜੀ, ਘਰ ਦੇ ਬਾਹਰ 20 ਫੁੱਟ ਦੀ ਰੋਡ ਹੈਗੀ ਹੈ, ਅਲਫਾ ਮਾਲ ਦੇ ਕਾਫੀ ਨਜ਼ਦੀਕ ਹੈਗੀ। ਇਸ ਤੋਂ ਇਲਾਵਾ ਕਾਫੀ ਅੱਛੇ ਸਕੂਲ ਘਰ ਦੇ ਨਜ਼ਦੀਕ ਹੈਗੇ ਨੇ, ਹਰੇਕ ਤਰ੍ਹਾਂ ਦੀ ਫੈਸਿਲਿਟੀ ਆਪ ਜੀ ਨੂੰ ਘਰ ਦੇ ਨਜ਼ਦੀਕ ਹੀ ਮਿਲੇਗੀ। ਆਓ ਆਪ ਜੀ ਨੂੰ ਇਸ ਘਰ ਦਾ ਫਰੰਟ ਐਲੀਵੇਸ਼ਨ ਦਿਖਾਉਂਦੇ ਹਾਂ। ਇਸ ਘਰ ਦਾ ਫਰੰਟ 25 ਫੁੱਟ ਹੈ, ਇਹਦੀ ਲੰਬਾਈ 45 ਫੁੱਟ ਹੈ। ਬਿਲਕੁਲ ਲੇਟੈਸਟ ਮਾਡਰਨ ਤਰੀਕੇ ਦਾ ਇਹਦਾ ਐਲੀਵੇਸ਼ਨ ਤਿਆਰ ਕੀਤਾ ਗਿਆ। ਘਰ ਦੇ ਅੰਡਰ ਸੇ ਤੁਸੀਂ ਦੇਖੋ 9 ਫੁੱਟ ਦਾ ਸਟੀਲ ਦਾ ਗੇਟ ਲਗਾਇਆ ਗਿਆ, ਘਰ ਦੇ ਅੰਦਰ ਐਂਟਰ ਕਰਦੇ ਕਾਰ ਪਾਰਕਿੰਗ ਦੀ ਸਪੇਸ ਦਿੱਤੀ ਗਈ ਹੈ, ਕਾਫੀ ਅੱਛੀ ਵੱਡੀ ਹੈ, ਖੁੱਲ੍ਹੀ ਪਾਰਕਿੰਗ ਸਪੇਸ ਦਿੱਤੀ ਗਈ ਹੈ। ਬਾਹਰੋਂ ਸਟੇਅਰ ਕੇ ਸੁਪਰ ਫਸਟ ਫਲੋਰ ਲਈ ਜਾ ਰਹੀ ਹੈ, ਬੜੇ ਆਰਾਮ ਦੇ ਨਾਲ ਇਹਦੇ ਅੰਦਰ ਤੁਸੀਂ ਆਪਣੀ ਵੱਡੀ ਗੱਡੀ ਪਾਰਕ ਕਰ ਸਕਦੇ ਹੋ। ਕਾਫੀ ਅੱਛੀ ਇਹ ਲੋਕੇਸ਼ਨ ਹੈਗੀ। ਇਸ ਤੋਂ ਇਲਾਵਾ ਫਰੰਟ ਫੁੱਟ 'ਤੇ ਆਪ ਜੀ ਨੂੰ 4 ਫੁੱਟ ਦਾ ਸੈਟਬੈਕ ਏਰੀਆ ਦਿੱਤਾ ਜਾ ਰਿਹਾ। ਹਰੀ ਦੇਖੋ ਤੁਸੀਂ ਇੱਕ ਵਾਸ਼ ਬੇਸ਼ਨ ਲਗਾਇਆ, ਪ੍ਰੋਪਰ ਟਾਈਲ ਲਗਾਈ ਗਈ ਹੈ। ਇਸ ਤੋਂ ਇਲਾਵਾ ਕਾਫੀ ਅੱਛਾ ਵੱਡਾ ਬਾਥਰੂਮ ਆਪ ਜੀ ਨੂੰ ਬਣਾ ਕੇ ਦਿੱਤਾ ਜਾ ਰਿਹਾ। ਬਾਥਰੂਮ ਦੇ ਅੰਦਰ ਤੁਸੀਂ ਦੇਖੋਗੇ ਪ੍ਰੋਪਰ ਵਾਲ ਟਾਇਲ, ਫਲੋਰ ਟਾਇਲ, ਪੂਰੀ ਬਾਥਰੂਮ ਫਿਟਿੰਗ ਆਪ ਜੀ ਨੂੰ ਲਗਾ ਕੇ ਦਿੱਤੀ ਜਾ ਰਹੀ ਹੈ। ਬਾਥਰੂਮ ਦੇ ਐਂਟਰੈਂਸ 'ਤੇ ਐਲਮੂਨੀਅਮ ਦਾ ਗੇਟ ਲਗਾਇਆ ਗਿਆ। ਆਓ ਆਪ ਜੀ ਨੂੰ ਘਰ ਅੰਦਰੋਂ ਚੈੱਕ ਕਰਵਾਉਂਦੇ ਹਾਂ। ਮੇਨ ਐਂਟਰੈਂਸ 'ਤੇ ਤੁਸੀਂ ਦੇਖੋ ਜਾਲੀ ਦਾ ਗੇਟ ਲਗਾਇਆ ਗਿਆ। ਘਰ ਦੇ ਅੰਦਰ ਐਂਟਰ ਕਰਦੇ ਸਭ ਤੋਂ ਪਹਿਲੇ ਲੋਬੀ ਏਰੀਆ ਜੇ, ਪੂਰੇ ਘਰ ਦੇ ਅੰਦਰ ਦੇਖੋ ਬਹੁਤ ਹੀ ਸੋਹਣੀ ਵਿਟਰੀਫਾਈਡ ਟਾਈਲ ਲਗਾਈ ਗਈ ਹੈ। ਲੋਬੀ ਏਰੀਆ ਨੂੰ ਤੁਸੀਂ ਆਪਣਾ ਡਾਈਨਿੰਗ ਏਰੀਆ ਬਣਾ ਸਕਦੇ ਹੋ, ਕਾਫੀ ਅੱਛੀ ਵੱਡੀ ਸਪੇਸ ਦਿੱਤੀ ਗਈ ਹੈ। ਇਹਦੇ ਨਾਲ ਹੀ ਰਾਈਟ ਸਾਈਡ 'ਤੇ ਤੁਹਾਨੂੰ ਆਪ ਜੀ ਨੂੰ ਵੱਖਰਾ ਡਰਾਇੰਗ ਰੂਮ ਦੀ ਸਪੇਸ ਦਿੱਤੀ ਜਾ ਰਹੀ ਹੈ, ਕਾਫੀ ਅੱਛੀ ਵੱਡੀ ਹੈ ਡਰਾਇੰਗ ਰੂਮ ਸਪੇਸ ਹੈਗੀ ਹੈ। ਇਹਦੇ ਅੰਦਰ ਤੁਸੀਂ ਦੇਖੋ ਕਾਰਨਰ ਵਿੰਡੋ ਦਿੱਤੀ ਗਈ ਹੈ, ਇਸ ਤੋਂ ਇਲਾਵਾ ਇਹਦੀ ਐਂਟਰੈਂਸ ਅਲੱਗ ਤੋਂ ਵੀ ਦਿੱਤੀ ਗਈ ਹੈ। ਬੜੇ ਆਰਾਮ ਨਾਲ ਅੱਛੇ ਤਰੀਕੇ ਦੇ ਨਾਲ ਤੁਸੀਂ ਇਹਦੇ ਅੰਦਰ ਆਪਣਾ ਪੂਰਾ ਫਰਨੀਚਰ, ਸੋਫਾ ਸੈੱਟ ਲਗਾ ਕੇ ਇਹਨੂੰ ਡੈਕੋਰੇਟ ਕਰਵਾ ਸਕਦੇ ਹੋ, ਕਾਫੀ ਅੱਛੀ ਇਹ ਸਪੇਸ ਹੈਗੀ ਹੈ। ਇਸ ਤੋਂ ਇਲਾਵਾ ਫਰੰਟ ਸਾਈਡ ਦੀ ਲੋਬੀ ਨਾਲ ਹੀ ਹੋਣ ਕਰਕੇ, ਕਾਮਨ ਹੋਣ ਕਰਕੇ ਕਾਫੀ ਅੱਛਾ ਵੱਡਾ ਖੁੱਲ੍ਹਾ ਸਪੇਸ ਲੱਗਦਾ ਹੈ। ਘਰ ਦੇ ਅੰਦਰ ਅਗਰ ਤੁਸੀਂ ਛੋਟਾ ਮੋਟਾ ਫੰਕਸ਼ਨ ਕਰਨਾ ਚਾਹੁੰਦੇ ਹੋ ਤਾਂ ਕਾਫੀ ਅੱਛੀ ਗੈਦਰਿੰਗ ਤੁਸੀਂ ਕਰ ਸਕਦੇ ਹੋ। ਇਸ ਤੋਂ ਇਲਾਵਾ ਲੋਬੀ ਦੇ ਓਪੋਜ਼ਿਟ ਆਪ ਜੀ ਨੂੰ ਓਪਨ ਕਿਚਨ ਬਣਾ ਕੇ ਦਿੱਤੀ ਜਾ ਰਹੀ ਹੈ। ਘਰ ਦੇ ਅੰਦਰ ਤੁਸੀਂ ਦੇਖੋਗੇ 8 ਫੁੱਟ ਦੇ ਚੌਕੜ ਦਰਵਾਜ਼ੇ ਲਗਾਏ ਗਏ ਨੇ। ਕਿਚਨ ਦੇ ਅੰਦਰ ਤੁਸੀਂ ਦੇਖੋ ਯੂ ਸ਼ੇਪ ਦਾ ਕਾਊਂਟਰ ਬਣਾਇਆ ਗਿਆ, ਪੂਰਾ ਗ੍ਰੇਨਾਈਟ ਇਹਦੇ ਉੱਪਰ ਲਗਾਇਆ ਗਿਆ। ਲੱਕੜ ਦਾ ਕੰਮ ਆਪ ਜੀ ਨੂੰ ਖੁਦ ਕਰਵਾਉਣਾ ਪਏਗਾ। ਕਾਫੀ ਅੱਛੀ ਵੱਡੀ ਕਿਚਨ ਹੈਗੀ ਜੀ, ਰੋਸ਼ਨੀ ਵੈਂਟੀਲੇਸ਼ਨ ਲਈ ਵਿੰਡੋ ਹੈ, ਡਬਲ ਬੋਲ ਦਾ ਸਿੰਕ ਲਗਾਇਆ ਗਿਆ। ਇਸ ਤੋਂ ਇਲਾਵਾ ਗਰਾਊਂਡ ਫਲੋਰ 'ਤੇ 2 ਬੈਡਰੂਮ ਔਰ ਬਾਥਰੂਮ ਹੈ, ਆਓ ਆਪ ਜੀ ਨੂੰ ਉਹ ਵੀ ਚੈੱਕ ਕਰਵਾ ਦਿੰਦੇ ਹਾਂ। ਕਾਫੀ ਅੱਛੇ ਵੱਡੇ ਸਾਈਜ਼ ਦਾ ਬੈਡਰੂਮ ਹੈਗਾ ਜੀ, ਪ੍ਰੋਪਰ ਇਹਦੇ ਅੰਦਰ ਪੂਰਾ ਫਰਨੀਚਰ ਲਗਾਇਆ ਗਿਆ, ਡਬਲ ਬੈੱਡ ਹੈਗਾ। ਇਸ ਤੋਂ ਇਲਾਵਾ ਸਾਈਡ 'ਤੇ ਤੁਸੀਂ ਦੇਖੋ ਇੱਥੇ ਅਲਮਾਰੀਆਂ ਵੀ ਰੱਖੀਆਂ ਗਈਆਂ ਹੈਗੀਆਂ ਨੇ। ਬੈੱਡ ਦੇ ਓਪੋਜ਼ਿਟ ਵਾਲ ਦੇ ਉੱਪਰ TV ਵੀ ਲਗਾਇਆ ਗਿਆ। ਤੁਸੀਂ ਆਪਣੇ ਤਰੀਕੇ ਦੇ ਨਾਲ ਇਹਨੂੰ ਕਾਫੀ ਅੱਛਾ ਡੈਕੋਰੇਟ ਕਰ ਸਕਦੇ ਹੋ। ਇਹਦੇ ਨਾਲ ਹੀ ਆਪ ਜੀ ਨੂੰ ਅਟੈਚ ਬਾਥਰੂਮ ਦਿੱਤਾ ਜਾ ਰਿਹਾ ਹੈ। ਬਾਥਰੂਮ ਦੇਖੋ ਕਾਫੀ ਅੱਛੇ ਵੱਡੇ ਸਾਈਜ਼ ਦਾ ਬਾਥਰੂਮ ਹੈਗਾ, ਪ੍ਰੋਪਰ ਵਾਲ ਟਾਇਲ, ਫਲੋਰ ਟਾਇਲ ਔਰ ਪੂਰੀ ਬਾਥਰੂਮ ਫਿਟਿੰਗ ਆਪ ਜੀ ਨੂੰ ਲਗਾ ਕੇ ਦਿੱਤੀ ਜਾ ਰਹੀ ਹੈ। ਤੁਸੀਂ ਇਹ ਦੇਖ ਸਕਦੇ ਹੋ ਕਾਫੀ ਅੱਛੀ ਕੁਆਲਿਟੀ ਦਾ ਪੂਰਾ ਘਰ ਤਿਆਰ ਕੀਤਾ ਗਿਆ। ਸਾਨੂੰ ਪੂਰੀ ਉਮੀਦ ਹੈ ਕਿ ਘਰ ਆਪ ਜੀ ਨੂੰ ਬਹੁਤ ਹੀ ਸੋਹਣਾ ਲੱਗੇਗਾ। ਸਾਡੀ ਦਿੱਤੀ ਇਨਫੋਰਮੇਸ਼ਨ ਅਗਰ ਆਪ ਜੀ ਨੂੰ ਅੱਛੀ ਲੱਗਦੀ ਹੈ, ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਅਨਲੌਕ ਸੁਪਰ ਪ੍ਰੋਪਰਟੀ ਬੈਲ ਆਈਕਨ ਨੂੰ ਪ੍ਰੈਸ ਕਰੋ, ਲਾਈਕ ਐਂਡ ਸ਼ੇਅਰ ਕਰੋ। ਇਸੇ ਤਰ੍ਹਾਂ ਦੀ ਅੱਛੀ ਇਨਫੋਰਮੇਸ਼ਨ ਵੀਡੀਓ ਅਸੀਂ ਆਪਣੇ ਕਲਾਇੰਟ ਲਈ ਲੈ ਕੇ ਆਉਂਦੇ ਰਹਿੰਦੇ ਤਾਂ ਕਿ ਉੱਚੇ ਤੋਂ ਉੱਚੇ ਘਰ ਵੇਖ ਪਾਉਣ, ਉੱਚੀ ਉੱਚੀ ਪ੍ਰੋਪਰਟੀ ਪਰਚੇਸ ਕਰ ਪਾਉਣ। ਤੁਸੀਂ ਇਹ ਸੈਕਿੰਡ ਬੈਡਰੂਮ ਦੇਖੋ, ਇਹਨੂੰ ਐਜ਼ ਏ ਹਲੇ ਸਟੋਰ ਦੇ ਤੌਰ 'ਤੇ ਇਸਤੇਮਾਲ ਕਰ ਸਕਦੇ ਹੋ, ਪਰ ਕਾਫੀ ਅੱਛੇ ਵੱਡੇ ਸਾਈਜ਼ ਦਾ ਐਵੀ ਰੂਮ ਹੈਗਾ ਜੀ। ਇਹਦੇ ਨਾਲ ਵੀ ਅਟੈਚ ਬਾਥਰੂਮ ਹੈਗਾ, ਇਹ ਦੋਨੋਂ ਬੈਡਰੂਮਾਂ ਦਾ ਕਾਮਨ ਬਾਥਰੂਮ ਹੈਗਾ। ਸਾਡਾ ਚੈਨਲ ਯੂਟਿਊਬ ਔਰ ਫੇਸਬੁੱਕ ਦੋਨੋਂ ਜਗ੍ਹਾ 'ਤੇ, ਪਲੀਜ਼ ਦੋਨੋਂ ਜਗ੍ਹਾ ਲਾਈਕ ਐਂਡ ਸ਼ੇਅਰ ਕਰੋ। ਆਪ ਜੀ ਦੇ ਫਰੈਂਡ ਸਰਕਲ ਰਿਲੇਸ਼ਨ ਦੇ ਵਿੱਚ ਕਿਸੇ ਨੂੰ ਪ੍ਰੋਪਰਟੀ ਪਰਚੇਸ ਕਰਨੀ ਹੈ, ਸੇਲ ਕਰਨੀ, ਤਾਂ ਸਾਡਾ ਨਾਮ ਔਰ ਸਾਡਾ ਨੰਬਰ ਸੁਜੈਸਟ ਕਰੋ। ਅਗਰ ਆਪ ਜੀ ਇਸ ਪ੍ਰੋਪਰਟੀ ਨੂੰ ਵਿਜ਼ਿਟ ਕਰਨਾ ਚਾਹੁੰਦੇ ਹੋ, ਸਾਡੇ ਨੰਬਰ ਸਕਰੀਨ 'ਤੇ ਦਿੱਤੇ ਗਏ ਨੇ, ਜਲਦੀ ਜਲਦੀ ਸਾਡੇ ਨਾਲ ਕੋਂਟੈਕਟ ਕਰੋ। ਤੁਸੀਂ ਬਾਹਰ ਦੇਖੋ ਕਾਫੀ ਅੱਛੀ ਵੱਡੀ ਪਾਰਕਿੰਗ ਦੀ ਸਪੇਸ ਦਿੱਤੀ ਗਈ ਹੈ। ਬਾਹਰੋਂ ਸਟੇਅਰ ਕੇਸ ਉੱਪਰ ਫਸਟ ਫਲੋਰ ਲਈ ਜਾ ਰਹੀ ਹੈ, 3 ਫੁੱਟ ਦੀ ਵਾਈਡ ਸਟੇਅਰ ਕੇਸ ਹੈ, ਗ੍ਰੇਨਾਈਟ ਮਾਰਬਲ ਲਗਾਇਆ ਗਿਆ, ਸਟੇਨਲੈਸ ਸਟੀਲ ਦੀ ਰੇਲਿੰਗ ਆਪ ਜੀ ਨੂੰ ਲਗਾ ਕੇ ਦਿੱਤੀ ਜਾ ਰਹੀ ਹੈ। ਈਸਟ ਫੇਸ ਚੜ੍ਹਦੇ ਵੱਲ ਦਾ ਇਹ ਘਰ ਹੈਗਾ ਜੀ, ਅਤੇ ਘਰ ਦੇ ਬਾਹਰ 20 ਫੁੱਟ ਦੀ ਰੋਡ ਹੈਗੀ ਹੈ। ਫਲੋਰ 'ਤੇ ਐਂਟਰ ਕਰਦੇ ਕਾਫੀ ਅੱਛੀ ਵੱਡੀ ਬਾਲਕਿੰਗ ਦੀ ਸਪੇਸ ਦਿੱਤੀ ਗਈ ਹੈ, ਬਹੁਤ ਹੀ ਅੱਛੇ ਤਰੀਕੇ ਦੇ ਨਾਲ ਪੂਰੇ ਘਰ ਨੂੰ ਮੇਨਟੇਨ ਕੀਤਾ ਗਿਆ। ਇਹਦੇ ਫਰੰਟ 'ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਟਾਈਲ ਲਗਾਈ ਗਈ ਹੈਗੀ ਹੈ। ਸਾਨੂੰ ਪੂਰੀ ਉਮੀਦ ਹੈ ਕਿ ਘਰ ਆਪ ਜੀ ਨੂੰ ਬਹੁਤ ਹੀ
कॉर्नर विंडो दिती गई है कमरे नू। इस रूम के नाल भी आप जी काफ़ी अच्छा वड्डा अटैच बाथरूम दिता जा रहा है, तुसी वह भी चैक करो। काफ़ी अच्छी इहदे अंदर डिजाइनर वॉल टाइल लगाई गई है, फ्लोर टाइल लगाई गई है, पूरी बाथरूम फिटिंग आप जी लगा के दी जा रही हैगी है। अगर आप जी चाहो तो फस्ट फ्लोर नू रेंट आउट कर सकते हो, काफ़ी अच्छी आप जी ये उपर इनकम मिल जाएगी। फस्ट फ्लोर से आप जी सैपरेट किचन एरिया भी बना के दिता जा रहा है, आप जी किचन एरिया भी चैक करवा दें। किचन के अंदर तो देखो यू शेप का काउंटर बनाया गया, काफ़ी अच्छी वड्डी है भी स्पेस दी गई है। इस तो अलावा बैक साइड से तो ये देखोगे काफ़ी अच्छा वड्डा ओपन टैरस है, प्रॉपर ये अंदर टाइल लगाई गई है। इस तो अलावा तो ये देखोगे तो एक साइड से सीमेंटेड स्टेयर के साथ जी टॉप टैरस लिए भी बना के दी जा रही है। 125 स्क्वायर यार्ड की 3 BHK ब्रांड न्यू कोठी आज असी तुहाडे लिए लैके आए हैगे हैं। तारा वाले पुल के काफ़ी है नज़दीक कोठी हैगी है, काफ़ी अच्छी लोकेशन हैगी है, बहुत ही अच्छे रेट से आज ही ऑफर असी तुहाडे लिए लैके आए हैगे हैं। इस कॉलोनी के अंदर सरकारी पानी भी है, इस तो अलावा इस कोठी के अंदर बोर भी किया गया। अमृतसर के अंदर अगर आप जी अपने घर की फ्री एड लाना चाहते हो साढ़े कॉन्टैक्ट करो, सेल पर्चे साढ़े कॉन्टैक्ट करो। साडा मेन ऑफिस न्यू अमृतसर है, उत्थे भी विजिट कर सकते हो, अपना नवा घर बना लो साढ़े कॉन्टैक्ट करो। थैंक यू फॉर वॉचिंग माई वीडियो।